چگڑا فرمائش شریف اور فرمائش ساڑھے دوست زیان برٹش میوزک سینٹر چک سواری نال تلک جناب نوید صاحب انور ابرار ندیم اور تارک اور اسی شریف فرمائش لالا محمود جڑے اس وقت
ਯੂਕ ਕਾਸਲ ਯੂਕੇ ਵਿੱਚ ਕਿਉਂ ਵਜ਼ੀਰ ਸ਼ੇਰ ਆਜੀ ਖਲੀਲ ਆਸਮ ਸਾਹਿਬ ਨੇ ਲਿਖਿਆ ਹੋਇਆ ਬੇਬਹਾ ਮੈਂ ਆਪਣਾ ਮਸਲਾ ਪੇਸ਼ ਹੋਇਆ ਬਹਰਾਲ ਆਪਣੇ ਆਪ ਸੰਗ ਆਣਾ ਇਤਨੇ ਹਿੰਦੂ ਵੀ ਬੁੱਤਾਂ ਨੂੰ ਪੂਜ ਦੇ ਲਈ ਉਹ ਇਤਨੇ ਹਿੰਦੂ ਵੀ ਬੁੱਤਾਂ ਨੂੰ ਪੂਜ ਦੇ ਲਈ ਜਿਤਨੀ ਪੂਜਾ ਮੈਂ ਤੇਰੀ ਦਿਲਦਾਰ ਕੀਤੀ ਕੁਝ ਨਹੀਂ ਸੁਝਿਆ ਬਿਨਾਂ ਤਕਰਾਰ ਤੈਨੂੰ ਤੇਰੇ ਨਾਲ ਮੈਂ ਜਦੋਂ ਮੁਖਤਾਰ ਕੀਤੀ ਉਹ ਧੱਕੇ ਮਾਰ ਕੇ ਦਰੂ ਦਰਕਾ ਕਿੱਤਈ ਤੇ ਜਦੋਂ ਤੇਰੀ ਖੁਆਇਸ਼ ਦੀ ਤਾਰ ਕੀਤੀ ਮਫੀ ਦੱਸ ਖਾਂ ਅਸਾਂ ਵਿੱਚ ਕਮੀ ਕੀ ਸੀ ਜੇ ਤੂੰ ਵੈਰਾਂ ਦੇ ਕਰਮਾਂ ਦੀ ਪਾਰ ਕੀਤੀ ਉਹ ਅੱਗੇ ਸੁੱਕਾ ਸਾਂ ਉਰੇ ਸੁੱਕਾ ਕਿੱਤਈ ਅੱਗੇ ਸੁੱਕਾ ਸਾਂ ਉਰੇ ਸੁੱਕਾ ਕਿੱਤਈ ਮੈਨੂੰ ਅੱਗੇ ਸੁੱਕਾ ਸਾਂ ਹੋਰ ਸੁਕਾ ਦਿੱਤਾ ਹੀ ਮੈਨੂੰ ਝਿੜਕਾਂ ਪਿਆਰਿਆ ਦੇਈ ਦੇਈ ਕੇ ਤੇਰੀ ਅਮਨ ਦੀ ਖਾਤਰ ਪਿਆਰਿਆ ਵਾ ਥੱਕ ਗਿਆ ਹੁਣ ਰਾਹਾਂ ਵਿੱਚ ਬਹਿ ਬਹਿ ਕੇ ਆਖਰ ਮੈਂ ਉੱਥੋਂ ਕੰਢੇ ਤੇ ਆਣ ਪਹੁੰਚੀ ਤੇਰੇ ਆਉਣ ਦੀਆਂ ਖਬਰਾਂ ਹੁਣ ਲਈ ਲਈ ਕੇ ਤੂੰ ਨਾ ਮਿਲਿਆ ਤਾਂ ਤੇਰੇ ਬਗੈਰ ਤਾਰਕ ਕਰਨਾ ਕੀ ਇਸ ਦੁਨੀਆਂ ਵਿੱਚ ਰਹਿ ਗਈ ਸ਼ੇਰ ਖਲੀਲ ਆਸਮ ਸਾਹਿਬ ਨੇ ਲਿਖਿਆ ਹੋਇਆ ਅਰਸਾ ਹੋ ਗਿਆ ਤੇਰੀ ਦਾਅਵੇਦਾਰੀ ਕਰਨੇ ਆ ਲੇਕਿਨ ਕਿਹਾ ਮੇਰੇ ਮਹਿਬੂਬ ਇਸ ਤੋਂ ਪਹਿਲਾਂ ਤੂੰ ਨਾਰਾਜ਼ ਹੋਣਾ ਸੀ ਮੈਂ ਤੇਰੀਆਂ ਮਿੰਨਤਾਂ ਕਰ ਰਿਹਾ ਸਾਂ ਤੈਨੂੰ ਮਨਾ ਲੈਣਾ ਸਾਂ ਲੇਕਿਨ ਅੱਜ ਇੱਕ ਐਸਾ ਮਕਾਮ ਹੋ ਗਿਆ ਕਿ ਮੈਂ ਤੇਰੇ ਨਾਲ ਨਾਰਾਜ਼ ਹੋ ਗਿਆ ਉਹ ਕਿਸ ਤਰ੍ਹਾਂ ਓਏ ਗੱਲ ਤੇ ਤੂੰ ਰੁੱਠਾ ਵੇ ਅੱਜ ਤੂੰ ਮੈਂ